ਜ਼ਿੰਦਗੀਆਂ ਬਰਬਾਦ ਕਰਨ ਵਾਲੀ ਸਰਕਾਰ ਨਸ਼ਾ ਮੁਕਤ ਕਰਾ ਕੇ ਪੰਜਾਬ ਰਹਾਂਗੇ।
ਇੱਥੇ ਆ ਕੇ ਨਸ਼ੇ ਦੇ ਖਿਲਾਫ ਹੋਕਾ ਦਿੱਤਾ, ਕਿਉਂਕਿ ਸਾਡਾ ਸਮਾਜ ਜਿਹੜਾ ਰੁੜਦਾ ਜਾ ਰਿਹਾ, ਛੇਵੇਂ ਦਰਿਆ ਦੇ ਵਿੱਚ ਡੁੱਬਦਾ ਜਾ ਰਿਹਾ। ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਸਮਾਂ ਖਾ ਕੇ ਆਈਆਂ ਤੇ ਉਸ ਤੋਂ ਬਾਅਦ ਉਹ ਸਮਾਂ ਭੁੱਲ ਗਈਆਂ, ਤੇ ਜਿਹੜੇ ਨਸ਼ਾ ਤਸਕਰ ਨੇ ਖੁੱਲੇ ਫਿਰਦੇ ਨੇ, ਜਿਹੜੇ ਕੋਈ ਨਸ਼ੇ ਦੇ ਵਿਰੁੱਧ ਆਵਾਜ਼ ਉਠਾਉਂਦੇ ਨੇ, ਉਹ ਉਹਨਾਂ ਨੂੰ ਮਾਰਦੇ ਵੀ ਹੈ, ਉਹਨਾਂ ਨੂੰ ਧਮਕੀਆਂ ਦਿੰਦੇ ਹੈ, ਤੇ ਸਰਕਾਰਾਂ ਜਿਹੜੀਆਂ ਨੇ ਉਹ ਬੈਠੀਆਂ ਨੇ ਚੁੱਪ ਕਰਕੇ ਮੂੰਹ ਚ ਘੂੰਗਲੀਆਂ ਪਾ ਕੇ। ਆਮ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇ ਉਸਨੇ ਇਹਨਾਂ ਨਸ਼ਾ ਤਸਕਰਾਂ ਨੂੰ ਨੱਥ ਨਾ ਪਾਈ, ਜੇ ਉਸਨੇ ਇਹ ਪੰਜਾਬ ਦੀ ਜਵਾਨੀ ਡੁੱਬਣ ਤੋਂ ਮਰਨ ਤੋਂ ਨਾ ਬਚਾਈ, ਸਾਡੇ ਘਰਾਂ ਦੇ ਚੁੱਲ੍ਹੇ ਬੁੱਝ ਰਹੇ ਤੇ ਜਿਹੜੇ ਸਿਵੇ ਨੇ ਉਹ ਉੱਚੇ ਹੋ ਰਹੇ। ਮੈਂ ਇਸ ਕਰਕੇ ਤੁਹਾਡੇ ਸਾਰਿਆਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰੇ ਇਸ ਦਾ ਫਿਕਰ ਕਰਦੇ ਹੋ। ਸਾਰੇ ਫਿਕਰ ਕਰਨ ਵਾਲੀਆਂ ਭੈਣਾਂ, ਸਾਰੇ ਫਿਕਰ ਕਰਨ ਵਾਲੇ ਮੇਰੇ ਭਰਾ, ਬੱਚੇ, ਨੌਜਵਾਨ, ਸਾਰੇ ਫਿਕਰ ਕਰਨ ਵਾਲੇ ਮੇਰੇ ਪੱਤਰਕਾਰ ਵੀਰ ਭਰਾ, ਮੇਰੀਆਂ ਬੱਚੀਆਂ ਜਿਹੜੀਆਂ ਇੱਥੇ ਆਈਆਂ ਨੇ, ਮੈਂ ਉਹਨਾਂ ਦਾ ਇਨਕਲਾਬੀ ਧੰਨਵਾਦ ਕਰਦੀ ਹਾਂ। ਅਸੀਂ ਇਹ ਹੋਕਾ ਵੀ ਇਹਦੇ ਨਾਲ ਹੀ ਦਿੰਦੇ ਹਾਂ ਕਿ ਪੰਜਾਬ ਨਸ਼ਾ ਮੁਕਤ ਕਰਕੇ ਰਹਾਂਗੇ। ਔਰਤ ਮੁਕਤੀ ਮੋਰਚਾ ਜ਼ਿੰਦਾਬਾਦ, ਔਰਤ ਮੁਕਤੀ ਮੋਰਚਾ ਪੰਜਾਬ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ। ਹਾਂਜੀ ਮੈਡਮ, ਸਿਰਫ ਪੰਜਾਬ ਦੇ ਵਿੱਚ ਹੀ ਕਿਉਂ ਨਸ਼ੇ ਦੀ ਜਿਹੜੀ ਮਿਆਦ ਹੈ ਜਿਹੜੀ ਵੱਧਦੀ ਹੈ, ਦੂਜੀਆਂ ਰਾਜਾਂ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਕਿਉਂ ਨਹੀਂ ਆ ਰਹੀਆਂ, ਸਿਰਫ ਪੰਜਾਬ ਹੀ ਕਿਉਂ? ਨਹੀਂ, ਪੰਜਾਬ ਵੀ ਇਕੱਲਾ ਨਹੀਂ, ਇਸ ਵੇਲੇ ਤਾਂ ਸਾਰੀ ਦੁਨੀਆ ਨਸ਼ੇ ਦੀ ਲਪੇਟ ਚ। ਮੈਂ ਇੱਥੇ ਤੁਹਾਨੂੰ ਦੱਸੂੰਗੀ, ਅਮਰੀਕਾ ਦਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਕਿਹਾ ਕਿ ਅਸੀਂ ਜਿਹੜੀ ਆ ਨਸ਼ਿਆਂ ਦੀ ਜੰਗ ਆ ਉਹ ਹਾਰ ਚੁੱਕੇ ਹਾਂ। ਮੈਂ ਇੱਥੇ ਕਹੂੰਗੀ ਕਿ ਪੰਜਾਬੀ ਜਿਹੜੇ ਆ ਉਹ ਬੜੇ ਦ੍ਰਿੜ ਇਰਾਦੇ ਵਾਲੇ ਆ, ਜਿਹੜੀ ਗੱਲ ਧਾਰ ਲੈਣ ਉਹ ਕਦੇ ਹਾਰਦੇ ਨਹੀਂ। ਅਸੀਂ ਪੰਜਾਬੀ, ਅਸੀਂ ਪੰਜਾਬਣਾ, ਅਸੀਂ ਇਸ ਗੱਲ ਦੀ ਕਹਿੰਦੇ ਹਾਂ ਕਿ ਅਸੀਂ ਨਸ਼ਿਆਂ ਦੀ ਜੰਗ ਹਾਰਾਂਗੇ ਨਹੀਂ, ਨਸ਼ਿਆਂ ਦੀ ਜੰਗ ਜਿੱਤਾਂਗੇ। ਅਸੀਂ ਨਸ਼ਿਆਂ ਦੇ ਖਿਲਾਫ਼ ਮੁਹਿੰਮ ਛੇੜੀ ਆ, ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ, ਚਾਹੇ ਉਹ ਕੁੜੀਆਂ ਤੇ ਚਾਹੇ ਉਹ ਮੁੰਡੇ ਆ, ਉਹ ਨਸ਼ਿਆਂ 'ਚ ਗਲਤਾਨ ਹੋ ਰਹੇ ਨੇ, ਤੇ ਸਰਕਾਰ ਜਿਹੜੀ ਆ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਦਿਨੋ ਦਿਨ ਤਬਾਹ ਕਰ ਰਹੀ ਆ। ਕਿਉਂ ਕਰ ਰਹੀ ਆ? ਕਿ ਉਹ ਬੱਚੇ ਪੜ੍ਹਦੇ ਆ, ਬੇਰੁਜ਼ਗਾਰ ਆ, ਉਹਨਾਂ ਨੂੰ ਰੁਜ਼ਗਾਰ ਨਹੀਂ ਦੇ ਰਹੀ। ਜਦੋਂ ਉਹ ਰੁਜ਼ਗਾਰ ਨਹੀਂ ਮਿਲਦਾ, ਪਰੇਸ਼ਾਨ ਹੁੰਦੇ ਆ, ਤੇ ਉਹਨਾਂ ਦਾ ਜਿਹੜਾ ਝੁਕਾਅ ਹੈ ਨਸ਼ੇ ਵੱਲ ਹੋ ਜਾਂਦਾ ਹੈ, ਤੇ ਇਹ ਨਸ਼ੇ ਨੂੰ ਰੋਕਣ ਦੇ ਸਰਕਾਰ ਦਾ ਕੋਈ ਯਤਨ ਨਹੀਂ। ਉਲਟਾ ਉਹ ਚਾਹੁੰਦੀ ਆ ਕਿ ਨੌਜਵਾਨ ਇਸੇ ਤਰ੍ਹਾਂ ਨਸ਼ੇੜੀ ਹੋ ਜਾਣ, ਤਾਂ ਕਿ ਜਿਹੜੇ ਨੌਜਵਾਨਾਂ ਦੇ ਫਰਜ਼ ਆ ਉਹ ਸਾਨੂੰ ਸਵਾਲ ਨਾ ਕਰ ਸਕਣ ਕਿ ਤੁਸੀਂ ਸਾਡਾ ਕੀ ਸੋਚਦੇ ਹੋ, ਸਾਡੀ ਕਿੱਥੇ ਆ ਸਾਡਾ ਰੁਜ਼ਗਾਰ, ਕਿੱਥੇ ਆ ਸਾਡੀਆਂ ਸਿਹਤ ਸਹੂਲਤਾਂ, ਕਿੱਥੇ ਸਾਰਾ ਕੁਛ ਆ। ਇਸ ਕਰਕੇ ਉਹ ਨਸ਼ਿਆਂ ਨੂੰ ਵਧਾ ਚੜਾ ਕੇ ਸਗੋਂ ਆਪ ਬੜਾਵਾ ਦੇ ਰਹੇ ਆ। ਮੈਂ ਇਹ ਗੱਲ ਇੱਥੇ ਹੋਰ ਜ਼ੋਰ ਦੇ ਕੇ ਕਹਿਣਾ ਚਾਹੁੰਦੀ ਹਾਂ ਕਿ ਨਸ਼ੇ ਤੇ ਸਰਕਾਰ ਬੰਦ ਨਹੀਂ ਕਰਦੀ, ਨਸ਼ੇ ਤੇ ਸਰਕਾਰ ਵਰਤਾ ਰਹੀ ਆ। ਇਲੈਕਸ਼ਨ ਆਉਂਦੀ ਆ ਤੇ ਸਰਕਾਰ ਦੇ ਵੱਲੋਂ ਘਰ ਘਰ ਜਾ ਕੇ ਜਿਹੜੇ ਆ ਨਾ ਸਰਕਾਰਾਂ ਵੱਲੋਂ ਜਾਂ ਜਿਹੜੇ ਉਮੀਦਵਾਰ ਹੁੰਦੇ ਆ ਉਹਨਾਂ ਵੱਲੋਂ ਨਸ਼ੇ ਵਰਤਾਏ ਜਾਂਦੇ ਆ, ਲੋਕਾਂ ਨੂੰ ਗੁਪਤ ਪੈਸੇ ਦਿੱਤੇ ਜਾਂਦੇ ਆ, ਉਹਨਾਂ ਨੂੰ ਇਸ ਪਾਸੇ ਲਾਇਆ ਜਾਂਦਾ। ਹਾਲ ਇੰਨਾ ਮਾੜਾ ਹੈ ਨਸ਼ਿਆਂ ਦੇ ਵਿੱਚ ਕਿ ਛੋਟੇ ਛੋਟੇ ਬੱਚੇ ਨਸ਼ੇ ਕਰਨ ਲੱਗ ਜਾਂਦੇ ਆ, ਉਹਨਾਂ ਨੂੰ ਭਵਿੱਖ ਦਾ ਕੋਈ ਨਹੀਂ ਰਹਿ ਜਾਂਦਾ। ਤੇ ਮਾਵਾਂ, ਸਾਡੇ ਵਰਗੀਆਂ ਜਿਹੜੀਆਂ ਮਾਵਾਂ ਨੇ ਉਹ ਬੱਚਿਆਂ ਨੂੰ, ਧੀਆਂ ਨੂੰ ਜਦੋਂ ਵਿਧਵਾ ਵੇਖਦੀਆਂ ਨੇ ਘਰਾਂ ਦੇ ਘਰ ਲਾਸ਼ਾਂ ਭਰ ਜਾਂਦੇ ਆ, ਤੇ ਉਹ ਹੁਣ ਚਾਹੁੰਦੀਆਂ ਨੇ ਔਰਤਾਂ ਅਸੀਂ ਉੱਠੀਆਂ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਗੱਲ ਤੋਂ ਸੁਚੇਤ ਕਰੀਏ। ਅਸੀਂ ਲੋਕਾਂ ਨੂੰ ਜਾਗੋ ਦਾ ਹੋਕਾ ਦੇ ਕੇ ਸੁਚੇਤ ਕਰ ਰਹੇ ਹਾਂ ਕਿ ਉੱਠੋ, ਜਾਗੋ, ਹੁਣ ਵੀ ਵੇਲਾ ਹੈ, ਸੰਭਲੋ।
ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਰਾਈਏ ਤਾਂ ਕਿ ਅਸੀਂ ਜਿਹੜਾ ਰੰਗਲਾ ਪੰਜਾਬ ਇਹ ਨਾਂ ਦਾ ਹੋਕਾ ਕਰਦਾ ਆ ਸੱਚਮੁੱਚ ਆਪਣੇ ਦੇਸ਼ ਨੂੰ ਰੰਗਲਾ ਪੰਜਾਬ ਬਣਾਈਏ। ਹਾਂਜੀ, ਅੱਜ ਜਿਹੜਾ ਤੁਹਾਡੀ ਔਰਤ ਮੁਕਤੀ ਮੋਰਚਾ ਦੇ ਵੱਲੋਂ ਜਿਹੜੀ ਇਹ ਜਾਗੋ ਕੱਢੀ ਜਾ ਰਹੀ ਹੈ, ਇਹ ਕਾਰਨ ਕੀ ਹੈ? ਇਹਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਪੰਜਾਬ ਜਿਹੜਾ ਉਹ ਨਸ਼ਿਆਂ ਦੇ ਵਿੱਚ ਰੁੜਦਾ ਜਾ ਰਿਹਾ। ਜਿਹੜੀ NCRB ਹੈ ਉਹਦਾ ਬਹੁਤ ਭਿਆਨਕ ਅੰਕੜਾ ਆ ਕਿ ਪੰਜਾਬ ਦੇ ਵਿੱਚ ਹਰ ਚੌਥੇ ਦਿਨ ਇੱਕ ਮੁੰਡਾ ਮਰਦਾ। ਇਹ ਉਹ ਅੰਕੜਾ ਆ ਜਿਹੜਾ ਕਿ ਰਜਿਸਟਰ ਹੁੰਦੀ ਹੈ ਜਿਹੜੀ ਮੌਤ, ਇਸ ਤੋਂ 10-15 ਗੁਣਾ ਜ਼ਿਆਦਾ ਮੌਤਾਂ ਹੋ ਰਹੀਆਂ ਤੇ ਲੋਕ ਇਹ ਨਸ਼ੇ ਵਾਲੀਆਂ ਮੌਤਾਂ ਜਿਹੜੀਆਂ ਨੇ ਉਹ ਰਜਿਸਟਰ ਨਹੀਂ ਕਰਾਉਂਦੇ ਕਿਉਂਕਿ ਉਹਨਾਂ ਦਾ ਸਮਾਜਿਕ ਤੌਰ ਤੇ ਉਹਨਾਂ ਨੂੰ ਲੱਗਦਾ ਕਿ ਬਹੁਤ ਘਟਾਓ ਹੁੰਦਾ ਵਾ। ਇਸ ਕਰਕੇ ਘਰ ਘਰ ਦੇ ਵਿੱਚ ਜਿਹੜੇ 70 ਵਿਸ਼ੇ ਪਏ ਆ, ਘਰ ਘਰ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਵਿਧਵਾ ਹੋ ਰਹੀਆਂ, ਘਰ ਘਰ ਦੇ ਵਿੱਚ ਜਿਹੜੇ ਮਾਂ ਪਿਓ ਨੇ ਉਹਨਾਂ ਦੇ ਆਸਰੇ ਟੁੱਟ ਰਹੇ ਆ ਤੇ ਜਿਹੜੇ ਸਾਡੀ ਨੌਜਵਾਨੀ ਆ ਉਹ ਨਸ਼ਿਆਂ ਦੇ ਵਿੱਚ ਗਲਦੀ ਜਾ ਰਹੀ ਆ। ਇਸ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਆ, ਜਿਹੜਾ ਸਰਕਾਰਾਂ ਇਸ ਦੇ ਜ਼ਿੰਮੇਵਾਰ ਆ, ਉਹ ਇਹ ਆ ਕਿ ਸਾਡੇ ਬੱਚੇ ਜਿਹੜੇ ਆ ਉਹਨਾਂ ਲਈ ਉੱਚੀ ਵਧੀਆ ਮਿਆਰੀ ਸਿੱਖਿਆ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ, ਬਹੁਤ ਮਹਿੰਗੀ ਹੈ। ਤੇ ਦੂਸਰਾ ਕਿ ਉਹਨਾਂ ਨੂੰ ਰੁਜ਼ਗਾਰ ਨਹੀਂ, ਉਹ ਰੁਜ਼ਗਾਰ ਤੋਂ ਭਟਕਦੇ ਹੋਏ ਨੌਜਵਾਨ ਵਿਹਲੇ ਹੈ ਜੋ ਸਵੇਰ ਤੇ ਕੰਮ ਤੋਂ ਜਾਂਦੇ ਹੋਣ ਤੇ ਸ਼ਾਮ ਨੂੰ ਥੱਕ ਕੇ ਆਉਂਦੇ ਹੋਣ, ਆਪਣੀ ਰੋਟੀ ਖਾ ਕੇ ਉਹ ਆਰਾਮ ਕਰਨ, ਸੌਣ, ਆਪਦੀ ਜਿਹੜੀ ਉਹ ਕਮਾਈ ਕਰਨ। ਇਹ ਜਿਹੜੇ ਵਿਹਲੇ ਨੌਜਵਾਨ ਰੱਖੇ ਜਾ ਰਹੇ ਹੈ, ਇਹ ਸਾਡੇ ਪੰਜਾਬ ਦੀ ਜਵਾਨੀ ਉੱਤੇ ਬਹੁਤ ਵੱਡਾ ਵਾਰ ਆ। ਇਸ ਤਰ੍ਹਾਂ ਦਾ ਵਾਰ ਆ ਜਿਸ ਤਰ੍ਹਾਂ ਜਿਹੜੇ ਅੰਗਰੇਜ਼ ਸੀ, ਬਰਤਾਨੀਆ ਸੀ, ਉਹਨਾਂ ਨੇ ਜਿਵੇਂ ਚੀਨ ਦੀ ਜਵਾਨੀ ਗਾਲੀ ਸੀ ਜਿਹਨੂੰ ਅਫੀਮ ਦੇ ਕੇ, ਤੇ ਚੀਨ ਦੇ ਵਿੱਚ ਜਿਸ ਤਰ੍ਹਾਂ ਅਫੀਮ ਦੇ ਵਿਰੁੱਧ ਜੰਗ ਹੋਈ ਸੀ, ਅਸੀਂ ਪੰਜਾਬ ਦੀਆਂ ਧੀਆਂ ਭੈਣਾਂ ਔਰਤਾਂ ਮਾਵਾਂ ਦਾਦੀਆਂ ਸਾਰੇ ਭਰਾ ਸਾਰਾ ਪੰਜਾਬ ਇਸ ਤਰ੍ਹਾਂ ਦੀ ਸਾਨੂੰ ਲੜਾਈ ਲੜਨੀ ਪੈਣੀ ਹੈ ਚੀਨ ਵਰਗੀ ਜਿਵੇਂ ਉਹਨਾਂ ਨੇ ਅਫੀਮ ਦੇ ਖਿਲਾਫ ਲੜੀ ਸੀ। ਉਦੋਂ ਵੀ ਸਰਕਾਰ ਅਫਸਰ ਜਿਹੜੇ ਪਹਿਲਾਂ ਇਹਨਾਂ ਤਸਕਰਾਂ ਦੇ ਨਾਲ ਰਲੇ ਹੋਏ ਸੀ ਉਹਨਾਂ ਨੂੰ ਏਕਾ ਕਰਨਾ ਪਿਆ, ਲੋਕਾਂ ਨੇ ਰਵਾਇਤੀ ਹਥਿਆਰਾਂ ਦੇ ਨਾਲ ਰਲ ਕੇ ਇਹ ਲੜਾਈ ਲੜੀ। ਮੈਂ ਹੋਕਾ ਦੇਣਾ ਚਾਹੁੰਦੀ ਹਾਂ ਪੰਜਾਬ ਸਰਕਾਰ, ਆਪ ਦੀ ਸਰਕਾਰ, ਭਗਵੰਤ ਮਾਨ ਦੀ ਸਰਕਾਰ ਨੂੰ ਖਬਰਦਾਰ ਕਰਨਾ ਚਾਹੁੰਦੇ ਹਾਂ ਕਿ ਬੇਸ਼ੱਕ ਉਹਨਾਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਜਾ ਕੇ ਸਹੁੰ ਖਾਧੀ ਹੈ ਬੱਚਿਆਂ ਦੇ ਨਾਲ, ਬੱਚਿਆਂ ਨੂੰ ਮੰਗਵਾ ਕੇ ਕਿ ਉਹ ਨਸ਼ਾ ਮੁਕਤ ਕਰਨਗੇ ਪੰਜਾਬ। ਬੇਸ਼ੱਕ ਉਹਨਾਂ ਨੇ ਪੁਲਿਸ ਵਾਲਿਆਂ ਦੇ ਕੋਲੋਂ ਮੁਹਿੰਮ ਚਲਵਾਈ ਹੈ ਜਿਹੜੀ ਨਸ਼ੇ ਦੇ ਖਿਲਾਫ, ਜਰਸੀਆਂ ਪਵਾ ਕੇ ਜਿਹੜੇ ਹੈਗੇ, ਪਰ ਮੈਂ ਇਹ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਇਹਦੇ ਨਾਲ ਜਿਹੜੀ ਪੁਲਿਸ ਵਿੱਚ ਹੈ ਉਹਨਾਂ ਦੀ, ਜਿਹੜੇ ਮੰਤਰੀ ਉਹਨਾਂ ਦੇ ਵਿੱਚ ਇਹ ਤਸਕਰਾਂ ਦੇ ਗੱਠਜੋੜ ਦੇ ਵਿੱਚ ਨੇ, ਕਿ ਜਿਹੜਾ ਇਹ ਇਸ ਗੱਠਜੋੜ ਨੂੰ ਤੋੜਨਾ ਵਾ ਕਿ ਉਹੀ ਪੁਲਿਸ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਜਿਹੜੀ, ਮੈਂ ਅਸੀਂ ਕਹਿੰਦੇ ਹਾਂ ਕਿ ਬਹੁਤ ਵਧੀਆ ਗੱਲ ਹੋਵੇ ਕਿ ਜੇ ਉਹ ਨਸ਼ੇ ਬੰਦ ਕਰਵਾਉਣ, ਅਸੀਂ ਕਹਿੰਦੇ ਹਾਂ ਕਿ ਉਹ ਕਰਵਾਉਣ, ਪਰ ਉਹ ਕਰਵਾਉਣ ਸੱਚਮੁੱਚ ਕਰਵਾਉਣ, ਉਹ ਲੋਕਾਂ ਦੇ ਨਾ ਭਾਵਕ ਜਿਹੜੀ ਹੈ ਨਾ ਇੱਕ ਪਾਤਰਤਾ ਉਹ ਨਾ ਲੈਣ, ਉਹ ਇਸ ਨੂੰ ਸੱਚਮੁੱਚ ਬੰਦ ਕਰਵਾਉਣ। ਨਹੀਂ ਤਾਂ ਘਰ ਘਰ ਦੇ ਵਿੱਚ ਬਹੁਤ ਔਖੇ ਹੈ ਲੋਕ, ਉਹਨਾਂ ਨੇ ਉੱਠਣਾ ਤੇ ਇਸ ਸਰਕਾਰ ਦੇ ਗੱਲ ਚ ਵੀ ਗੁੱਠਾ ਦੇਣਾ ਤੇ ਨਸ਼ਾ ਜਿਹੜੇ ਤਸਕਰ ਨੇ ਤਾਂ ਵੀ ਬੰਦ ਹੋਣਗੇ। ਅਸੀਂ ਔਰਤ ਮੁਕਤੀ ਮੋਰਚਾ ਇਸ ਕਰਕੇ ਇਹ ਜਾਗੋ ਕੱਢੀ ਹੈ ਕਿ ਲੋਕਾਂ ਨੂੰ ਅਸੀਂ ਜਾਗਰਤ ਕਰੀਏ ਕਿ ਅਸੀਂ ਮੈਂ ਤੁਹਾਨੂੰ ਸੱਚ ਦੱਸਦੀ ਹਾਂ, ਅਸੀਂ ਕੱਲ ਘਰ ਘਰ ਸੁਨੇਹਾ ਦੇਣ ਗਏ ਕਿ ਜਾਗੋ ਕੱਢਣੀ ਹੈ ਕੱਲ ਤੇ ਤੁਸੀਂ ਆਇਓ। ਘਰ ਘਰ ਦੇ ਵਿੱਚ ਔਖੇ ਲੋਕ, ਘਰ ਘਰ ਦੇ ਵਿੱਚ ਮੌਤਾਂ ਹੋਈਆਂ ਹੋਈਆਂ,
ਬਈ ਮੈਂ ਦੱਸ ਨਹੀਂ ਸਕਦੀ, ਲੋਕਾਂ ਨੂੰ ਸਾਹ ਨਹੀਂ ਆ ਰਿਹਾ। ਇਸ ਕਰਕੇ ਅਸੀਂ ਇਹ ਜਾਗੋ ਕੱਢੀ ਹੈ, ਅੱਗੋਂ ਵੀ ਕੱਢਾਂਗੇ, ਗਲੀ ਗਲੀ ਹੋਕਾ ਦੇਵਾਂਗੇ, ਸ਼ਹਿਰ ਸ਼ਹਿਰ ਵੀ ਦੇਵਾਂਗੇ, ਪਿੰਡ ਪਿੰਡ ਵੀ ਦੇਵਾਂਗੇ। ਇਸ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ।